ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਬਜਟ ਬਾਰੇ ਅੱਜ ਕੁਝ ਵੱਡੀਆਂ ਗੱਲਾਂ ਜਿਹੜੀਆਂ ਨੇ ਦੱਸੀਆਂ ਨੇ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲੋ ਸੋ ਦੋਸਤੋ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਉਣ ਵਾਲੇ ਬਜਟ ਬਾਰੇ ਕੁਝ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਨਿਸ਼ਰ ਕੀਤੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਔਨਲਾਈਨ ਪੋਰਟਲ ਰਾਹੀਂ ਪੰਜਾਬ ਦੇ ਲੋਕਾਂ ਤੋਂ رائے ਮੰਗੀ ਗਈ ਸੀ ਬਜਟ ਬਾਰੇ ਉਹਨਾਂ ਨੇ ਦੱਸਿਆ ਕਿ 20000 ਤੋਂ ਉੱਪਰ ਵੱਖ-ਵੱਖ ਸੁਝਾਅ ਜਿਹੜੇ ਨੇ ਉਹਨਾਂ ਨੂੰ ਪ੍ਰਾਪਤ ਹੋਏ ਨੇ ਤੇ ਖਾਸ ਗੱਲ ਇਸ ਵਿੱਚ ਇਹ ਰਹੀ ਹੈ ਕਿ 20000 ਸੁਝਾਅ ਦੇ ਵਿੱਚੋਂ 4000 ਦੇ ਕਰੀਬ ਜਿਹੜੇ ਸੁਝਾਅ ਨੇ ਉਹ ਔਰਤਾਂ ਵੱਲੋਂ ਦਿੱਤੇ ਗਏ ਨੇ ਸੋ ਇਸ ਬਾਰੇ ਅੱਜ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਥਾਵਾਂ ਤੋਂ ਵੱਖਰੇ-ਵੱਖਰੇ ਤਰ੍ਹਾਂ ਦੇ ਸੁਝਾਅ ਜਿਹੜੇ ਨੇ ਪੰਜਾਬ ਸਰਕਾਰ ਨੂੰ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਸੁਝਾਵਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਪੰਜਾਬ ਦਾ ਆਉਣ ਵਾਲਾ ਬਜਟ ਤਿਆਰ ਕੀਤਾ ਜਾਵੇਗਾ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਲੋਕਾਂ ਦੇ ਸੁਝਾਅ ਦੇ ਮਤਾਬਕ ਉਹਨਾਂ ਲਈ ਹੀ ਜਿਹੜਾ ਹੈ ਬਜਟ ਤਿਆਰ ਕਰੇਗੀ ਉਹਨਾਂ ਨੇ ਵੱਡੀ ਗੱਲ ਦੱਸੀ ਕਿ ਔਰਤਾਂ ਵੱਲੋਂ ਜਿਹੜੇ ਸੁਝਾਅ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਔਰਤਾਂ ਦੇ ਲਈ ਚੰਗੀ ਸਿੱਖਿਆ ਤੇ ਉਹਨਾਂ ਦੇ ਲਈ ਰੋਜ਼ਗਾਰ ਦੀ ਮੰਗ ਜਿਹੜੀ ਹੈ ਔਰਤਾਂ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਇਕੁਅਲ ਓਪਰਚ्युनिटी ਨੂੰ ਲੈ ਕੇ ਵੀ ਸੁਝਾਅ ਜਿਹੜੇ ਨੇ ਉਹਨਾਂ ਨੂੰ ਪ੍ਰਾਪਤ ਹੋਏ ਨੇ ਸੋ ਇਸ ਤੋਂ ਉਹ ਕਾਫੀ ਖੁਸ਼ ਵੀ ਨਜ਼ਰ ਆ ਰਹੇ ਸੀ ਕਿ ਲਗਾਤਾਰ ਉਹਨਾਂ ਨੂੰ ਵੱਖਰੇ ਵੱਖਰੇ ਥਾਵਾਂ ਤੋਂ ਵਕਰੀ-ਵਕਰੀ ਫੀਲਡ ਤੋਂ ਜਿਹੜੇ ਨੇ ਸੁਝਾਅ ਆਏ ਨੇ ਖੇਤੀਬਾੜੀ ਨੂੰ ਲੈ ਕੇ ਵੀ ਵੱਖਰੇ-ਵੱਖਰੇ ਸੁਝਾਅ ਆਏ ਨੇ ਖੇਤੀ ਦੇ ਜਿਹੜੇ ਕਰਜ਼ੇ ਨੇ ਉਸ ਨੂੰ ਘਟਾਉਣ ਦੇ ਲਈ ਖੇਤੀ ਦੇ ਵਿੱਚ ਕਿਵੇਂ ਟੈਕਨੋਲੋਜੀ ਨੂੰ ਲੈ ਕੇ ਆਉਣ ਦੇ ਲਈ ਤੇ ਡਾਇਵਰਸੀਫਿਕੇਸ਼ਨ ਨੂੰ ਲੈ ਕੇ ਜਿਹੜੇ ਨੇ ਵੱਖ-ਵੱਖ ਸੁਝਾਅ ਜਿਹੜੇ ਨੇ ਦਿੱਤੇ ਗਏ ਨੇ ਇਸ ਤੋਂ ਇਲਾਵਾ ਉਹਨੇ ਦੱਸਿਆ ਕਿ ਇੰਡਸਟਰੀ ਤੋਂ ਵੀ ਉਹਨਾਂ ਨੂੰ ਜਿਹੜੇ ਨੇ ਸੁਝਾਅ ਆਏ ਨੇ ਵੱਖਰੇ-ਵੱਖਰੇ ਤਰ੍ਹਾਂ ਦੇ ਸੁਝਾਅ ਜਿਹੜੇ ਨੇ ਦਿੱਤੇ ਗਏ ਨੇ ਔਰ ਇਨਾਂ ਸੁਝਾਵਾਂ ਦੇ ਨਾਲ-ਨਾਲ ਦੋਸਤੋ 20000 ਸੁਝਾਅ ਦੇ ਨਾਲ-ਨਾਲ ਉਹਨਾਂ ਨੇ ਦੱਸਿਆ ਕਿ 500 ਦੇ ਕਰੀਬ ਉਹਨਾਂ ਨੂੰ ਮੈਮੋਰੰਡਮ ਵੀ ਜਿਹੜੇ ਨੇ ਉਹ ਪ੍ਰਾਪਤ ਹੋਏ ਨੇ ਸੋ ਲਗਾਤਾਰ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਪੋਰਟਲ ਤੇ ਜਿਹੜੀ ਹੈ ਲਗਾਤਾਰ ਸੁਝਾਅ ਜਿਹੜੇ ਨੇ ਬਜਟ ਨੂੰ ਲੈ ਕੇ ਆ ਰਹੇ ਨੇ ਹਰ ਵਰਗ ਦੇ ਜਿਹੜੇ ਸੁਝਾਅ ਜਿਹੜੇ ਨੇ ਉਹ ਦਿੱਤੇ ਗਏ ਨੇ ਲਗਾਤਾਰ ਜਿਹੜਾ ਇਸ ਉੱਪਰ ਜਿਹੜੀ ਹੈ رائے شمਾਰੀ ਹੋ ਰਹੀ ਉਹਨਾਂ ਨੇ ਕਿਹਾ ਕਿ ਆਪਣੇ ਅਫਸਰਾ ਦੇ ਨਾਲ ਗੱਲਬਾਤ ਕਰਕੇ ਉਹ ਬਿਹਤਰੀਨ ਬਜਟ ਜਿਹੜਾ ਹੈ ਪੰਜਾਬ ਦੇ ਲਈ ਪੇਸ਼ ਕਰਨਗੇ ਸੋ ਦੋਸਤੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ 'ਤੇ ਵੱਡੀ ਗੱਲ ਕੀ ਰਹੀ ਬਜਟ ਬਾਰੇ ਉਹਨਾਂ ਨੇ ਕਿਹੜੀ ਵੱਡੀ ਗੱਲ ਦੱਸੀ ਉਹਨਾਂ ਨੇ ਕਿਹਾ ਕਿ ਇਸ ਵਾਰ ਦੇ ਬਜਟ ਦੇ ਵਿੱਚ ਪੰਜਾਬ ਦੇ ਲਈ ਕੋਈ ਵੀ ਨਵਾਂ ਟੈਕਸ ਨਹੀਂ ਹੋਵੇਗਾ ਉਹਨਾਂ ਨੇ ਦੱਸਿਆ ਕਿ ਪਿਛਲੀ ਸਰਕਾਰਾਂ ਵੱਲੋਂ ਲਗਾਤਾਰ ਕਈ ਤਰ੍ਹਾਂ ਦੇ ਟੈਕਸ ਜਿਹੜੇ ਨੇ ਉਹ ਲਗਾਏ ਜਾਂਦੇ ਰਹੇ ਨੇ ਬਜਟ ਦੇ ਵਿੱਚ ਪਰ ਇਸ ਵਾਰ ਦੇ ਬਜਟ ਦੇ ਵਿੱਚ ਕੋਈ ਵੀ ਨਵਾਂ ਟੈਕਸ ਪੰਜਾਬ ਸਰਕਾਰ ਜਿਹੜੀ ਹੈ ਉਹ ਨਹੀਂ ਲਗਾਵੇਗੀ ਦੋਸਤੋ ਮਲਾਜ਼ਮਾਂ ਬਾਰੇ ਜਿਹੜੀ ਐ ਕੋਈ ਖਾਸ ਗੱਲ ਜਿਹੜੀ ਐ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਕੀਤੀ ਪਰ ਮਲਾਜ਼ਮ ਸਾਥੀ ਲਗਾਤਾਰ ਕਈ ਤਰ੍ਹਾਂ ਦੇ ਸੁਝਾਅ ਇਸ ਬਜਟ ਦੇ ਵਿੱਚ ਜਿਹੜੇ ਨੇ ਭੇਜ ਰਹੇ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਵੀ ਜਿਹੜਾ ਇੱਕ ਮੋਹਮ ਜਿਹੜੀ ਐ ਸ਼ੁਰੂ ਕੀਤੀ ਗਈ ਐ ਔਰ ਉਸ ਦੇ ਵਿੱਚ ਲਗਾਤਾਰ ਜਿਹੜੇ ਨੇ ਉਹ ਸੁਝਾਅ ਪੰਜਾਬ ਸਰਕਾਰ ਨੂੰ ਦਿੱਤੇ ਗਏ ਨੇ ਉਸ ਨੂੰ ਕਿੰਨੀ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਲੈਂਦੀ ਐ ਇਸ ਵਾਰ ਦੇ ਬਜਟ ਦੇ ਵਿੱਚ ਮਲਾਜ਼ਮਾਂ ਦੇ ਲਈ ਕੋਈ ਜਿਹੜਾ ਵੱਡਾ ਐਲਾਨ ਹੁੰਦਾ ਕਿ ਨਹੀਂ ਹੁੰਦਾ ਉਹ ਆਉਣ ਵਾਲੇ ਬਜਟ ਦੇ ਵਿੱਚ ਹੀ ਦੱਸਿਆ ਜਾਵੇਗਾ ਸੋ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਆਉਣ ਵਾਲੇ ਬਜਟ ਦੇ ਵਿੱਚ ਕੀ ਹੋ ਸਕਦਾ ਉਸ ਬਾਰੇ ਜਿਹੜੀ ਜਾਣਕਾਰੀ ਦਿੱਤੀ 20 ਹਜ਼ਾਰ ਸੁਝਾਅ ਜਿਹੜੇ ਨੇ ਲਗਾਤਾਰ ਉਹ ਕਹਿ ਰਹੇ ਨੇ ਕਿ ਉਹਨਾਂ ਸੁਝਾਵਾਂ ਨੂੰ ਪੜ ਰਹੇ ਨੇ ਉਹਨਾਂ ਸੁਝਾਵਾਂ ਨੂੰ ਸਮਝ ਰਹੇ ਨੇ ਔਰ ਇਹਨਾਂ ਲੋਕਾਂ ਦੇ ਸੁਝਾਵਾਂ ਨੂੰ ਲੈ ਕੇ ਆਪਣੀ ਟੀਮ ਦੇ ਨਾਲ ਆਉਣ ਵਾਲੇ ਬਜਟ ਨੂੰ ਤਿਆਰ ਕਰਨਗੇ 20000 ਤੋਂ ਉੱਪਰ ਜਿਹੜੇ ਨੇ ਸੁਝਾਅ ਆਨਲਾਈਨ ਪ੍ਰਾਪਤ ਹੋਏ ਨੇ 500 ਦੇ ਕਰੀਬ ਮਮਰੈਂਡਮ ਜਿਹੜੇ ਨੇ ਉਹਨਾਂ ਨੂੰ ਵਕਫ ਵਕਫ ਥਾਵਾਂ ਤੋਂ ਜਾ ਕੇ ਦਿੱਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਔਰਤਾਂ ਦੀ ਜਿਹੜੀ ਹੈ ਭਾਗੀਦਾਰੀ ਇਹਨਾਂ ਦੇ ਵਿੱਚ ਕਾਫੀ ਰਹੀ ਹੈ 20000 ਦੇ ਵਿੱਚੋਂ 4000 ਦੇ ਕਰੀਬ ਔਰਤਾਂ ਵੱਲੋਂ ਸੁਝਾਅ ਦਿੱਤੇ ਗਏ ਨੇ ਉਹਨਾਂ ਦੀ ਚੰਗੀ ਸਿੱਖਿਆ ਦੇ ਲਈ ਉਹਨਾਂ ਦੇ ਰੋਜ਼ਗਾਰ ਦੇ ਲਈ ਜਿਹੜਾ ਹੈ ਸੁਰੱਖਿਆ ਸੁਰੱਖਿਆ ਮਹੱਈਆ ਕਰਵਾਉਣ ਦੇ ਲਈ ਵੀ ਲਗਾਤਾਰ ਔਰਤਾਂ ਵੱਲੋਂ ਸੁਝਾਅ ਦਿੱਤੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਦੀ ਆਮਦਨ ਨੂੰ ਵਧਾਉਣ ਦੇ ਲਈ ਵੀ ਜਿਹੜੀ ਹੈ ਲਗਾਤਾਰ ਸੁਝਾਅ ਪ੍ਰਾਪਤ ਹੋਏ ਨੇ ਖੇਤੀਬਾੜੀ ਨੂੰ ਲੈ ਕੇ ਜਿਹੜੇ ਨੇ ਵੱਖ-ਵੱਖ ਸੁਝਾਅ ਆਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਸੁਝਾਵਾਂ ਦਾ ਐਨਾਲਿਸਿਸ ਜਿਹੜਾ ਹੈ ਉਹਨਾਂ ਦੀ ਸਰਕਾਰ ਕਰ ਰਹੀ ਹੈ ਵਿੱਤ ਵਿਭਾਗ ਦੀ ਟੀਮ ਕਰ ਰਹੀ ਹੈ ਔਰ ਆਉਣ ਵਾਲਾ ਜਿਹੜਾ ਬਜਟ ਹੈ ਉਹ ਪੰਜਾਬ ਦੇ ਲੋਕਾਂ ਦੇ ਲਈ ਹੋਵੇਗਾ ਉਹਨਾਂ ਦੀ ਬਿਹਤਰੀ ਦੇ ਲਈ ਹੋਵੇਗਾ ਖਾਸ ਗੱਲ ਇਸ ਬਜਟ ਦੀ ਉਹਨਾਂ ਨੇ ਦੱਸਿਆ ਕਿ ਇਹ ਹੋਵੇਗੀ ਕਿ ਇਸ ਵਾਰ ਕੋਈ ਵੀ ਨਵਾਂ ਵੱਖਰਾ ਟੈਕਸ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਤੇ ਨਹੀਂ ਲਗਾਵੇਗੀ ਕਿਸੇ ਤਰ੍ਹਾਂ ਦਾ ਵਿਤੀ ਬੋਝ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਉੱਪਰ ਨਹੀਂ ਪਾਇਆ ਜਾਵੇਗਾ ਸਵਾਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ